ਲਾਲੇ ਪਾੜੇ ਦੀ ਫਰਮਾਇਸ਼ ਹੈ ਵੱਡਿਆਂ ਨੇ ਵੱਡੇ ਕੰਮ ਹੋਣੇ ਬੜਾ ਕੋਈ ਹੈ ਜਿਸਨੇ ਬੜੇ ਕੰਮ ਹੈ ਜਿਸਨੇ ਬੜੇ ਕੰਮ ਨਹੀਂ ਉਹ ਕਦੋਂ ਬੜਾ ਹੈ ਉਹ ਕਿਸੇ ਬੁੱਢੀ ਨੇ ਪੁੱਤਰ ਮਰੀ ਗਿਆ ਤੇ ਬੜੀ ਰੋਇਆ ਪੁਰ ਲਾਇਆ ਕਿਸੇ ਪੁੱਛਿਆ ਨਹੀਂ ਮਾਈ ਤੁਹਾਡਾ ਪੁੱਤਰ ਵੱਲ ਕੋਈ ਗੱਲ ਬਾਤ ਵਾਲਾ ਸਾ ਆਹਣੀ ਨਹੀਂ 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 ਬਹੁਤ ਸਾਦਾ ਸ਼ਰੀਫ ਸਾ ਨਾ ਕਿਸੇ ਨੇ ਚੰਗੀ ਤੇ ਨਾ ਮੰਦੀ ਉਸਦਾ ਸ਼ੁਕਰ ਨੇ ਕਰਨੀ ਮਰਦੂਦ ਸਿਰੂ ਲੱਤਾ ਐਵੇਂ ਗਾ ਸਾਰੇ ਗ੍ਰਹਿ ਗਿਆ ਬਾਈ ਨਾ ਚੰਗੀ ਆਖਣੇ ਚੋ ਗੱਲ ਨਾ ਮੰਦੀ ਤਾੜੇ ਰੋਟੀ ਆ ਕੀ ਕਰਨੀ ਹੈ ਤਾਂ ਮੇਰੇ ਦੋਸਤੋ ਇਹ ਫਰਮਾਇਸ਼ ਜਿਹੜੀ ਹੈ ਮੇਰੇ ਲਾਲੇ ਦੀ ਇਹ ਸੀ ਕਿ ਜਨਾਬੇ ਗੌਸ ਪਾਕ ਬਗਦਾਦ ਵਿਚ ਗਏ ਕੁਰਾਨ ਦੀ ਤਾਲੀਮ ਹਾਸਲ ਕਰਨ ਵਾਸਤੇ ਤੇ ਜ਼ਹਿਰ ਉਸ ਬਾਜ਼ਾਰ ਚ ਗੁਜ਼ਰਨੇ ਸੀ ਉੱਥੇ ਇੱਕ ਹਿੰਦੂ ਦੀ ਦੁਕਾਨ ਸੀ ਉਸ ਹਿੰਦੂ ਦੀ ਦੁਕਾਨ ਅਬ ਜਦੋਂ ਗੁਜ਼ਰਨੇ ਸੀ ਉਹ ਹਿੰਦੂ ਉੱਠ ਕੇ ਖਲੋ ਜਾਣਾ ਸੀ ਲਾਲਾ ਇਹ ਹੈ ਨਾ ਥੋੜਾ ਆਵਾਜ਼ ਹੀ ਨਹੀਂ ਸੀ ਸਹੀ 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 ਉਹ ਜਾਣੇ ਸੀ ਨਾ ਜਣਾ ਕੋਈ ਨਸ਼ਾ ਹੀ ਸੀ ਦੋਏ ਨਸ਼ੇ ਸੇ ਤਾਂ ਦੋਏ ਨਸ਼ੇ ਸੇ ਤਾਂ ਇੱਕ ਬਾਇਆ ਗੱਲਾਂ ਦੂਆ ਹੀ ਪਿਆ ਖੈ ਮੁੰਡੀ ਮਾਰੇ ਤੋ ਉਹ ਆਹਣਾ ਉਸਕੀ ਦੂਏ ਕੀ ਜਣੇ ਜੇ ਕਿ ਤੂੰ ਬਾਣਾ ਏ ਠੀਕ ਬਾਣਾ ਏ ਪਰ ਕਹਿ ਬਾਣਾ ਏ ਇਹ ਜਿਹੜੀ ਤੁਸਾਂ ਮੁੰਡੀ ਲਾਣੇ ਹੋ ਵੀ ਕਿਸੇ ਨੇ ਖਤਰਾ ਮਤਾ ਇਹ ਪੜੀ ਰਵਾਂ ਦਾ ਹੋਏ ਨਹੀਂ ਸੀ ਹੋਰ ਲਾਲਾ ਇਸ ਤਰ੍ਹਾਂ ਨਾ ਕਰ ਦੋ ਬੜਿਆਂ ਨੇ ਬੜੇ ਕੰਮ ਇਹ ਆ ਗੱਲ ਆਖੀ ਨਾ ਹਾਲਾ ਛੇੜਾ ਭੁੱਲੀ ਇੰਡੀਆ ਤੋ ਫਿਰ ਦੋਸਤੋ ਉਹ ਹਿੰਦੂ ਉੱਠ ਕੇ ਖਲੋ ਜਾਣਾ ਸਾ ਅਦਬ ਵਿਚ ਹੁਣ ਅਸਾਂ ਬੜਿਆਂ ਨੇ ਬੜੇ ਕੰਮ ਹੋਣੇ ਇੱਕ ਦਿਨ ਵਕਤ ਐਸਾ ਆਇਆ ਕਿ ਉਸ ਵਕਤ ਪੂਰਾ ਹੋ ਗਿਆ ਉਹ ਮਰ ਗਿਆ ਜਨਾਬ ਗੁਜ਼ਰੇ ਆਵਾਜ਼ ਨਾ ਆਈ ਕੱਟਿਆ ਦੁਕਾਨ ਕੀ ਤਾਲਾ ਲਗਾ ਹੋਇਆ ਪੁੱਛਿਆ ਨੀ ਆਂਢੀ ਗਵਾਂਢੀ ਜਿਹੜੇ ਦੁਕਾਨਦਾਰ ਸੀ ਉਹਨਾਂ ਕੋਲ ਇਹ ਹਿੰਦੂ ਕਿਤੇ ਗਿਆ ਉਹਨਾਂ ਕਿਹਾ ਯਾ ਸਰਕਾਰ ਮਰ ਗਿਆ ਆਖਣ ਲੱਗੇ ਜਿੱਥੇ ਮੋਇਆ ਹੋਇਆ ਉੱਥੇ ਮੈਨੂੰ ਲੈ ਚਲੋ ਇਹਨਾਂ ਕਹੇ ਅੱਗੇ ਉਹਨਾਂ ਚੱਲਾ ਲੱਕੜੀ ਉਹਨਾਂ ਬੰਦਾ ਜਹਰਾ ਉਸਾੜਨੇ ਸੀ ਝਾੜੀਆਂ ਵਿੱਚ ਉਹ ਸਾੜਨ ਲੱਗੇ ਜਨਾਬ ਨੇ ਤੱਕਿਆ ਤਾਂ ਦੂਰੋਂ ਹੱਥ ਖੜਾ ਕੀਤਾ ਕਿ ਸਾੜਿਓ ਨਹੀਂ ਕੋਲ ਗਏ ਉਹਨਾਂ ਆਖਿਆ ਮੈਂ ਇਸਨਾਂ ਜਨਾਜ਼ਾ ਪੜਨਾ ਉਹਨਾਂ ਆਖਿਆ ਜਾ ਸਰਕਾਰ ਇਹ ਹਿੰਦੂ ਹੈ ਇਹ ਮੁਸਲਮਾਨ ਨਹੀਂ ਹੈ ਜਿਹੜੀ ਅਸਲ ਆਪਣੀ ਰਸਮ ਹੈ ਅਸਾਂ ਉਹ ਅਦਾ ਕਰ ਸਾਂ ਅਸਾਂ ਸਾੜਨਾ ਇਸ ਸਰਕਾਰ ਨੇ ਫਰਮਾਇਆ ਨਹੀਂ 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 ਮੈਂ ਇਹਦਾ ਜਨਾਜ਼ਾ ਪੜਨਾ ਪਰ ਦੋਸਤੋ ਜਿਹੜਾ ਉਹਨਾਂ ਹਿੰਦੂਆਂ ਨੇ ਟੋਲੇ ਨਾ ਮੰਨਿਆ ਜਨਾਜ਼ੇ ਵਾਸਤੇ ਤੇ ਦੱਸਣੇ ਕਿ ਜਨਾਬ ਨੇ ਗੌਰ ਨਾਲ ਤੱਕਿਆ ਗੌਰ ਨਾਲ ਉਸ ਦਰ ਤੱਕਿਆ ਉੱਥਾ ਹੀ ਉੱਠੀ ਪਈ ਦਾਫਣਾ ਬੜਿਆਂ ਨੇ ਬੜੇ ਕੰਮ ਆਏ ਜਨਾਬੇ ਗੌਸ ਪਾਕ ਕੋਈ ਲੋਕੀ ਹੱਸੀ ਨਹੀਂ ਜੀ ਹਾਏ ਹਾਏ ਜਿਹੜਾ ਇਹ ਵਾਕਿਆ ਇਹ ਕਰਾਮਤ ਹੈ ਕਿ ਮੁਰਦਾ ਜ਼ਿੰਦਾ ਹੋ ਗਿਆ ਔਰ ਉੱਠ ਕੇ ਬਹਿ ਕੇ ਆਫਣਾ ਬੜਿਆਂ ਨੇ ਬੜੇ ਹੀ ਕੰਮ ਆਉਣੇ ਉਹਨਾਂ ਸਾਰਿਆਂ ਕਲਮਾ ਪੜਿਆ ਆਪਣਾ ਹਜ਼ੂਰ ਨਾ ਲਾ ਇਲਾਹਾ ਇਲੱਲਾ ਮੁਹੰਮਦ ਰਸੂਲ ਕਲਮਾ ਪੜਿਆ ਸਾਰਿਆਂ ਤੇ ਸਾਰਿਆਂ ਪਿੱਛੇ ਸਫਾ ਬਣ ਲਈਆਂ ਸਰਕਾਰ ਨੇ ਉਸ ਜਨਾਜ਼ਾ ਪੜਾਇਆ ਉਹ ਜੀੜੀਆਂ ਵੀ ਦੋਸਤ ਖਾਣ ਤੇ ਮੋਇਆ ਤੇ ਸਾੜੀ ਹੋਣੇ ਹਾਰ ਮਰੀ ਅਬਦੁਲ ਸਾਹਿਬ ਆਣੇ ਦੋਸਤ ਖਾਣ ਕੱਢ ਕੇ ਖਾਣ ਸਾਹਿਬ ਜਨਾ ਕਿਹਾ ਹਿੰਦੂ ਇੱਕ ਵੀਰਾਂ ਨੂੰ ਵੇਖ ਆਖੇ ਅਦਰਤ ਵੰਡਿਆ ਦੇ ਵੱਡੇ ਕੰਮ ਆਉਂਦੇ ਜੇ ਜਦੂ ਮਾਇਆ ਤੇ ਵੀਰਾ ਫਰਮਾਨ ਲੱਗੇ
يا سلي يا شرف وجناح